ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਜਿਸ ਦੇ ਵਿੱਚ ਵੇਰਕਾ ਦੀ ਭਰਤੀ ਦੇ ਬਾਰੇ ਵਿੱਚ ਆ ਡਿਸਕਸ਼ਨ ਕਰਾਂਗੇ ਜਿਸ ਦੇ ਵਿੱਚ 498 ਵੈਕੈਂਸੀਜ਼ ਦੇ ਲਈ ਭਰਤੀ ਦੇ ਨੋਟੀਫਿਕੇਸ਼ਨ ਦੇ ਬਾਰੇ ਇਨਫੋਰਮੇਸ਼ਨ ਦਵਾਂਗਾ ਜਿਸ ਦੇ ਵਿੱਚ ਕਿੱਦਾਂ ਅਪਲਾਈ ਕਰਨਾ ਹੋਏਗਾ ਕਿਹੜੀ ਕਿਹੜੀ ਭਰਤੀ ਵਿੱਚ ਤੁਹਾਨੂੰ ਮਿਲੇਗੀ ਕਿੱਦਾਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੇ ਮੈਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੁਸੀਂ ਫਰਸਟ ਟਾਈਮ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ ਤਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੁਹਾਨੂੰ ਮੈਂ ਦਵਾਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਹੋਏ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਆਪਣੇ ਫਰੈਂਡ ਸਰਕਲ ਦੇ ਨਾਲ ਤਾਂਕਿ ਤੁਹਾਨੂੰ ਉਹਨਾਂ ਨੂੰ ਵੀ ਇਹਨਾਂ ਦੇ ਬਾਰੇ ਅਪਡੇਟ ਡਿਡ ਨੇ ਉਹ ਮਿਲ ਸਕਣ ਤੇ ਉਹ ਵੀ ਚੈੱਕ ਕਰਕੇ ਅਪਲਾਈ ਜਿਹੜਾ ਇਹਦੇ ਲਈ ਕਰ ਪਾਣ ਤੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛੀ ਸਕਦੇ ਹੋ ਤੇ ਬਾਕੀ ਇਸੇ ਦੇ ਨਾਲ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਤੁਸੀਂ ਉੱਥੋਂ ਵੀ ਸਾਰੇ ਜੌਬ ਰਿਲੇਟਿਡ ਅਪਡੇਟ ਡਿਡ ਨੇ ਉਹ ਲੈ ਹੀ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਹੈ ਜੀ ਔਰ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਸੇ ਟਾਈਪ ਕਰਨਾ ਮੀਥਐਕੈਡਮੀ.xyz ਉੱਥੇ ਟਾਈਪ ਕਰੋਗੇ ਫਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਅਗਰ ਭਰਤੀ ਦੀ ਅਗਰ ਤੁਸੀਂ ਗੱਲ ਕਰੀਏ ਤਾਂ ਇਹ ਭਰਤੀ ਦੇ ਬਾਰੇ ਅਪਡੇਟ ਜਿਹੜਾ ਹੈ ਜੀ ਚੰਡੀਗੜ੍ਹ ਨੂੰ ਜਿਹੜਾ ਆਪਣੀ ਕੈਬਨਿਟ ਦੀ ਇਹਨਾਂ ਦੀ ਮੀਟਿੰਗ ਹੋਈ ਸੀ ਭਗਵੰਤ ਮਾਨ ਜੀ ਦੀ ਠੀਕ ਹੈ ਜੀ ਜਿਹੜੇ ਆਪਣੇ ਮਿਨਿਸਟਰ ਨੇ ਚੀਫ ਮਿਨਿਸਟਰ ਨੇ ਸੋ ਇਹਨਾਂ ਨੇ ਜਿਹੜੀ ਉਹ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਿੰਨੇ ਵੀ ਸਾਰੇ ਬੈਠੇ ਹੋਏ ਸੀਗੇ ਹੈੱਡ ਉਹਨਾਂ ਦੇ ਨਾਲ ਡਿਸਕਸ਼ਨ ਕਰਦੇ ਆ ਇਹ ਅਨਾਉਂਸਮੈਂਟ ਕੀਤੀ ਕਿ 500 ਵੈਕੈਂਸੀ ਜਿਹੜੀਆਂ ਨੇ ਮਿਲਕ ਫੈਡ ਵੇਰਕਾ ਦੇ ਵਿੱਚ ਜਿਹੜੀਆਂ ਨੇ ਉਹ ਕੱਢੀਆਂ ਜਾਣੀਆਂ ਨੇ ਇਹਨਾਂ ਦੇ ਵਿੱਚ ਗਰੁੱਪ ਸੀ ਤੇ ਡੀ ਦੀਆਂ ਇਹ ਵੈਕੈਂਸੀ ਜਿਹੜੀਆਂ ਨੇ ਉਹ ਕੱਡੀਆਂ ਜਾਣਗੀਆਂ ਠੀਕ ਹੈ ਜੀ ਸੋ ਇਸ ਦੇ ਵਿੱਚ 150 ਸੇਵਾਦਾਰ ਵੀ ਜਿਹੜੇ ਨੇ ਉਹ ਰਿਕਰੂਟ ਕੀਤੇ ਜਾਣਗੇ ਸਿਵਲ ਸੈਕਰੀਅਟ ਦੇ ਲਈ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਜਿਹੜੀਆਂ 500 ਵੈਕੈਂਸੀਸ ਹਨਾ ਨੇ ਕੱਢਣੀਆਂ ਨੇ ਉਸ ਦੇ ਵਿੱਚ ਗਰੁੱਪ ਸੀ ਤੇ ਡੀ ਦੀਆਂ ਕਿਹੜੀਆਂ-ਕਿਹੜੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਹੋਣਗੀਆਂ ਕਾਫੀ ਸਾਰੇ ਕੈਂਡੀਡੇਟਸ ਜਿਹੜੇ ਨੇ ਸਾਨੂੰ ਕਮੈਂਟ ਜਿਹੜੇ ਨੇ ਉਹ ਆਈ ਰਹੇ ਨੇ ਕਿ ਸਰ ਇਹ ਵੈਕੈਂਸੀਸ ਕਿਹੜੀਆਂ-ਕਿਹੜੀਆਂ ਹੋਣਗੀਆਂ ਤੇ ਉਹਦੇ ਲਈ ਕੌਣ-ਕੌਣ ਕੈਂਡੀਡੇਟ ਨੇ ਉਹ ਐਲੀਜੀਬਲ ਹੋਣਗੇ ਮੈਂ ਉਹ ਵੀ ਤੁਹਾਨੂੰ ਅੱਗੇ ਦੱਸਾਂਗਾ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਗਰੁੱਪ ਸੀ ਤੇ ਡੀ ਦੀਆਂ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਾਫੀ ਤਰ੍ਹਾਂ ਦੀਆਂ ਵੈਕੈਂਸੀਜ਼ ਆਉਂਦੀਆਂ ਨੇ ਸਭ ਤੋਂ ਵੱਧ ਲੋਕ ਕਲਰਕ ਕੰਮ ਟਾਈਪਿਸਟ ਦੀਆਂ ਹੁੰਦੀਆਂ ਨੇ ਲੈਬੋਰੀਟਰੀ ਅਸਿਸਟੈਂਟ ਦੀਆਂ ਲੈਬੋਰੀਟਰੀ ਟੈਕਨੀਸ਼ੀਅਨ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਇਹਦੇ ਲਈ ਨਿਕਲਦੀਆਂ ਨੇ ਤੇ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਵੈਕੈਂਸੀਜ਼ ਦੇ ਲਈ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੋਈ ਰੇਲਵੇ ਡਿਸਪਲਿਨ ਦੇ ਵਿੱਚ ਉਹ ਇਹਦੇ ਲਈ ਜਿਹੜਾ ਅਪਲਾਈ ਉਹ ਕਰ ਸਕਦੇ ਨੇ ਜਿਨ੍ਹਾਂ ਕੋਲ ਬੈਚਲਰ ਡਿਗਰੀ ਕਲਰਕ ਦੇ ਲਈ ਬੈਚਲਰ ਡਿਗਰੀ ਕਮਰਸ ਦੇ ਵਿੱਚ ਕੀਤੀ ਕਿਸੇ ਨੇ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਪਲੱਸ ਉਹਨਾਂ ਕੋਲ ਕੋਰਸ ਨਾਲ ਹੋਣਾ ਚਾਹੀਦਾ ਜਾਂ ਫਿਰ 올 ਲੈਵ ਕਰ ਸਕਦੇ ਨੇ مطلب ਬੋਰਟੀ ਅਸਿਸਟੈਂਟ ਤੇ ਟੈਕਨੀਸ਼ੀਅਨ ਦੀ ਗੱਲ ਕਰਾਂ ਤਾਂ ਜਿਨ੍ਹਾਂ ਨੇ ਬੀਐਸਸੀ ਕੈਮਿਸਟਰੀ ਦੇ ਵਿੱਚ ਕੀਤੀ ਹੈ ਸਰਟੀਫਿਕੇਟ ਕੋਰਸ ਹੈਗਾ انفارمیشن ਟੈਕਨੋਲੋਜੀ ਜਾਂ 올 ਲੈਵਲ ਸਰਟੀਫਿਕੇਟ ਜਾਂ ਡਿਗਰੀ ਡਿਪਲੋਮਾ ਕੀਤਾ ਹੈ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਏਜ ਲਿਮਿਟ 18 ਤੋਂ 45 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਅਪਲਾਈ ਇੱਥੇ ਕਰ ਪਾਉਂਦੇ ਨੇ ਤੇ ਇਸੇ ਦੇ ਨਾਲ ਅਗਰ ਮੈਂ ਗੱਲ ਕਰਾਂ ਸੈਲਰੀ ਦੀ ਤਾਂ 10300 ਤੋਂ ਲੈ ਕੇ 34800 ਜਿਹੜੀ ਹੈ ਜੀ ਉਹ ਇਹਦੇ ਵਿੱਚ ਰਹਿੰਦੀ ਹੈ ਤੇ ਕੈਂਡੀਡੇਟ ਕਹਿਣਗੇ ਜੀ ਇਹ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਛੁੱਟ ਦੇ ਰਹੇ ਹੋ ਲੇਕਿਨ ਇਹ ਇਨਫੋਰਮੇਸ਼ਨ ਜਿਹੜੀ ਹੈ ਇਹਨ ਉਹਨਾਂ ਦੀ ਰਿਲੇਟਿਡ ਮੈਂ ਤੁਹਾਨੂੰ ਦਿੱਤੀ ਹੈ ਠੀਕ ਹੈ ਜੀ ਸੋ ਇਸ ਦੇ ਵਿੱਚ ਜਿਹੜੀਆਂ ਇਹਨਾਂ ਨੇ ਵੈਕੈਂਸੀਸ ਦਸੀਆਂ ਨੇ ਇਹਦੇ ਅਕੋਰਡਿੰਗਲੀ ਇਹ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਹੋ ਸਕਦੀਆਂ ਨੇ 익ਸਪੈਕਟਿਡ ਨੇ ਸੋ ਇਹਦੇ ਲਈ ਜਿਹੜੇ ਕੈਂਡੀਡੇਟ ਨੇ ਰਿਟਨ ਟੈਸਟ ਹੋਏਗਾ ਸਿਲੈਕਸ਼ਨ ਦੇ ਲਈ ਤੁਹਾਨੂੰ ਪਤਾ ਹੀ ਹੈ ਸੋ ਉਹਦੇ ਲਈ ਤੁਸੀਂ ਤਿਆਰੀ ਜਿਹੜੀ ਹੈ ਜੀ ਆਪਣੀ ਪੂਰੀ ਰੱਖਣੀ ਹੈ ਜਿੱਦਾਂ ਨੋਟੀਫਿਕੇਸ਼ਨ ਵੀ ਆਊਟ ਹੋਏਗਾ ਮੈਂ ਤੁਹਾਡੇ ਲਈ ਅਪਡੇਟ ਜ਼ਰੂਰ ਲੈ ਕੇ ਆਵਾਂਗਾ ਸੋ ਤੁਸੀਂ ਜੁੜੇ ਰਹਿਣਾ ਸਾਰੇ ਅਪਡੇਟ ਦੇ ਲਈ ਬਾਕੀ ਪ੍ਰੀਵੀਅਸ ਭਰਤੀਆਂ ਦੇ ਅਕੋਰਡਿੰਗਲੀ ਜਿਹੜੀ ਤੁਹਾਨੂੰ ਐਲੀਜੀਬਿਲਿਟੀ ਹੈ ਉਹ ਮੈਂ ਆਲਰੇਡੀ ਦੱਸ ਚੁੱਕੇ ਸੋ ਇਸ ਦੇ ਵਿੱਚ ਜਿਹੜਾ ਤੁਹਾਡਾ ਟ੍ਰਿਡਨ ਟੈਸਟ ਹੀ ਹੋਏਗਾ ਮੈਨ ਇੰਟਰਵਿਊ ਦੇ ਲਈ ਇਹਨਾਂ ਨੇ ਇੱਥੇ ਕਿਤੇ ਲਿਖਿਆ ਨਹੀਂ ਹੋਇਆ ਕਿ ਇੰਟਰਵਿਊ ਨਹੀਂ ਹੋਏਗੀ ਠੀਕ ਹੈ ਜੀ ਨਾ ਹੀ ਲਾਸਟ ਪ੍ਰੀਵੀਅਸ ਡੇਸ ਹੋਈ ਹੈ ਸੋ ਤੁਸੀਂ ਅਗਰ ਫਿਰ ਵੀ ਕੋਈ ਡਾਊਟ ਹੋਏਗਾ ਤਾਂ ਜਦੋਂ ਵੀ ਨੋਟੀਫਿਕੇਸ਼ਨ ਆਊਟ ਹੋਏਗਾ ਮੈਂ ਤੁਹਾਡੇ ਬਾਕੀ ਦੇ ਡਾਊਟ ਨੂੰ ਕਲੀਅਰ ਜ਼ਰੂਰ ਕਰ ਦਾਂਗਾ ਸੋ ਇਸ ਦੇ ਵਿੱਚ ਤਾਂ ਇਹ ਵੈਕੈਂਸੀ ਐਕਸਪੈਕਟਿਡ ਨੇ ਬਾਕੀ ਹੋਰ ਅਗਰ ਕੋਈ ਵੈਕੈਂਸੀਸ ਨਿਕਲਦੀਆਂ ਨੇ ਤਾਂ ਜਿੱਦਾਂ ਹੀ ਆਊਟ ਹੋਣਗੀਆਂ ਜ਼ਰੂਰ ਦੱਸਾਂਗਾ ਸੋ ਜੁੜੇ ਰਹਿਣਾ ਸਾਰੇ ਅਪਡੇਟ ਦੇ ਲਈ ਸੋ ਇਹ ਸੀਗਾ ਅੱਜ ਦਾ ਅਪਡੇਟ ਤੇ ਹੁਣ ਮੈਂ ਤੁਹਾਨੂੰ ਮਿਲ